ਅੱਜ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਭਾਰੀ ਸੂਰਜ ਠਾਕੁਰ ਅਤੇ ਜ਼ਿਲ੍ਹਾ ਪ੍ਰਧਾਨ ਨਵੀ ਪਟੇਲ ਨੇ ਕੀਤੀ। ਮੀਟਿੰਗ ਵਿੱਚ ਨਜਾਇਜ਼ ਤੌਰ ਤੇ ਚੱਲ ਰਹੇ ਦੜੇ ਸੱਟੇ ਤੇ ਲਾਟਰੀ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਇਸ ਮੌਕੇ ਤੇ ਫੈਡਰੇਸ਼ਨ ਨੇ ਪੁਲਿਸ ਕਮਿਸ਼ਨਰ ਨੂੰ ਇਹਨਾਂ ਮੁੱਦਿਆਂ ਸੰਬੰਧੀ ਮੰਗ ਪੱਤਰ ਵੀ ਸੌਂਪਿਆ। ਇੱਥੇ ਬੋਲਦਿਆਂ ਫੈਡਰੇਸ਼ਨ ਦੇ ਸ਼ਹਿਰੀ ਪ੍ਰਧਾਨ ਅਜੇ ਪੁਰੀ ਨੇ ਦੋਸ਼ ਲਗਾਉਂਦਿਆਂ ਆਖਿਆ ਕਿ ਦੜਾ ਸੱਟਾ ਲਾਟਰੀ ਆਦਿ ਮਾਫੀਆ ਬਹੁਤ ਵੱਡੇ ਪੱਧਰ ਤੇ ਅੱਜ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ, ਜਿਸ ਪਿੱਛੇ ਵੱਡੀਆਂ ਤਾਕਤਾਂ ਅਤੇ ਪ੍ਰਸ਼ਾਸਨ ਦਾ ਹੱਥ ਨਜ਼ਰ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਕਾਰਨ ਹੀ ਅੱਜ ਕਿੰਨੇ ਘਰ ਤਬਾਹ ਹੋ ਗਏ ਨੇ ਅਤੇ ਕਿੰਨੀਆਂ ਹੀ ਜ਼ਿੰਦਗੀਆਂ ਵੀ ਬਰਬਾਦ ਹੋ ਗਈਆਂ ਨੇ। ਅੱਜ ਅਸੀਂ ਸਾਰੇ ਹੀ ਮੈਂਬਰ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵੱਲੋਂ ਇਕੱਠੇ ਹੋਏ ਹਾਂ। ਬੜੇ ਦੁੱਖ ਦੀ ਗੱਲ ਹੈ ਕਿ ਅੱਜ ਲਾਟਰੀ ਦੜਾ ਸੱਟਾ ਮਾਫੀਆ ਜੋ ਹੈ ਬੜੇ ਵੱਡੇ ਸਤਰ 'ਤੇ ਜਲੰਧਰ 'ਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੈ ਔਰ ਇਹਦੇ ਪਿੱਛੇ ਵੱਡੀਆਂ ਤਾਕਤਾਂ ਦਾ ਹੱਥ ਹੈ, ਪ੍ਰਸ਼ਾਸਨ ਦਾ ਹੱਥ ਹੈ। ਮੈਂ ਇਹਨੂੰ ਝਿਜਕੇ ਨਹੀਂ ਕਹਾਂਗਾ ਕਿਉਂਕਿ ਬਿਨਾਂ ਪ੍ਰਸ਼ਾਸਨ ਦੇ ਹੱਥ ਦੇ ਤੋਂ ਕੋਈ ਵੀ ਐਸਾ ਨਜਾਇਜ਼ ਧੰਦਾ ਨਹੀਂ ਚੱਲ ਸਕਦਾ। ਲੇਕਿਨ ਅੱਜ ਲਾਟਰੀ ਦੜਾ ਸੱਟਾ ਐਡੇ ਵੱਡੇ ਸਤਰ 'ਤੇ ਚੱਲ ਰਿਹਾ ਹੈ ਕਿ ਇਸ ਨੂੰ ਰੋਕਣਾ ਮੁਸ਼ਕਿਲ ਹੋ ਰਿਹਾ ਹੈ। ਫੈਡਰੇਸ਼ਨ ਆਗੂਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਖਿਲਾਫ਼ ਜਲਦ ਹੀ ਕੋਈ ਮੁਹਿੰਮ ਚਲਾਵੇ ਤਾਂ ਕਿ ਅਜਿਹੀ ਤਬਾਹੀ ਕੰਢੇ ਬੈਠੇ ਲੋਕਾਂ ਨੂੰ ਬਚਾਇਆ ਜਾ ਸਕੇ। ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ, ਪ੍ਰਸ਼ਾਸਨ ਨੂੰ ਡਟ ਕੇ ਇਹਦੇ ਖਿਲਾਫ਼ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਜੇ ਪ੍ਰਸ਼ਾਸਨ ਨਹੀਂ ਜਾਗਰਿਤ ਹੋਇਆ ਤਾਂ ਅੱਜ ਅਸੀਂ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵੱਲੋਂ ਪ੍ਰਸ਼ਾਸਨ ਨੂੰ ਜਾਗਰਿਤ ਕਰਨ ਆਏ ਹਾਂ ਔਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਦੇ ਖਿਲਾਫ਼ ਇੱਕ ਮੁਹਿੰਮ ਛੇੜੇ। ਉਹਨਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਪ੍ਰਸ਼ਾਸਨ ਨੇ ਇਸ ਖਿਲਾਫ਼ ਜਲਦ ਹੀ ਕੋਈ ਕਾਰਵਾਈ ਨਾ ਕੀਤੀ ਤਾਂ ਫੈਡਰੇਸ਼ਨ ਵੱਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ। ਅਗਰ ਸਾਡੇ ਜਾਗਰਿਤ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਜਾਗਰਿਤ ਨਹੀਂ ਹੁੰਦਾ ਤਾਂ ਆਲ ਇੰਡੀਆ ਹਿੰਦੂ ਸਟੂਡੈਂਟ ਫੈਡਰੇਸ਼ਨ ਵੱਲੋਂ ਕੱਲੇ ਜਲੰਧਰ 'ਚ ਹੀ ਨਹੀਂ ਸਾਡੇ ਸਵਾਮੀ ਜੀ ਪੰਚਾਨੰਦ ਗਿਰੀ ਜੀ ਨੇ ਉਹਨਾਂ ਦੀ ਅਧਿਅਕਸ਼ਤਾ ਦੇ ਵਿੱਚ, ਪ੍ਰਵਿੰਦ ਭੱਟੀ ਸਾਹਿਬ ਨੇ ਉਹਨਾਂ ਦੀ ਅਧਿਅਕਸ਼ਤਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਸਤਰ 'ਤੇ ਇਹਦੀ ਇੱਕ ਮੁਹਿੰਮ ਚਲਾਈ ਜਾਏਗੀ ਤਾਂ ਕਿ ਪ੍ਰਸ਼ਾਸਨ ਇੱਥੇ ਇੱਥੇ ਰੋਕ ਲਗਾ ਸਕੇ। ਬੇਸ਼ੱਕ ਹਿੰਦੂ ਸਟੂਡੈਂਟ ਫੈਡਰੇਸ਼ਨ ਵੱਲੋਂ ਚੁੱਕਿਆ ਗਿਆ ਇਹ ਮੁੱਦਾ ਕਾਬਿਲ ਤਾਰੀਫ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਵਾਰ ਸ਼ੁਰੂ ਕੀਤੀ ਗਈ ਇਸ ਲੜਾਈ ਕਿਸ ਮੁਕਾਮ ਤੱਕ ਪਹੁੰਚਦੀ ਹੈ ਜਾਂ ਫਿਰ ਬਾਕੀ ਸੰਸਥਾਵਾਂ ਵੱਲੋਂ ਚੁੱਕੇ ਜਾਂਦੇ ਇਹੋ ਜਿਹੇ ਮੁੱਦਿਆਂ ਵਾਂਗ ਮੀਡੀਆ ਵਿੱਚ ਤਸਵੀਰਾਂ ਲੱਗਣ ਤੋਂ ਬਾਅਦ ਇਹ ਵੀ ਦਮ ਤੁਰ ਜਾਵੇਗੀ।